ਉਹ ਦੋ ਡਿਪਾਰਟਮੈਂਟ ਦੇ ਵਿੱਚ ਆਪਸ ਹੀ ਲੜਾਈ ਦੇ ਕਰਕੇ ਉਹਨਾਂ ਨੇ ਮੈਨੂੰ ਦੋਨੋਂ ਨੇ ਉਤੋਂ ਕਢਾਤਾ ਮੇਰੀ ਬੇਟੀ ਪੈਦਾ ਹੋਈ ਸੀ 11 ਸਤੰਬਰ 1997 ਐਂਡ 13 ਸਤੰਬਰ 1997 ਨੂੰ ਮੈਨੂੰ ਉਹਨਾਂ ਨੇ ਜੌਬ ਚੋਂ ਕਢਾਤਾ ਆਪਣੇ ਕੋਲ ਤਾਂ 2,70,000 ਰੁਪਏ ਹੋ ਚੁੱਕੇ ਵੀ 30,000 ਪਾਣੇ ਪੈਣੇ ਆ ਤੇ ਆਪਾਂ ਕਿੱਥੋਂ ਕਰਾਵਾਂਗੇ ਉਹ ਕਹਿੰਦੇ ਨਹੀਂ ਉਹ ਲੜਕੀ ਉਸ ਦਿਨ ਚਲੀ ਗਈ ਵਾਪਸ ਤੇ ਮੈਨੂੰ ਅਜੇ ਤੱਕ ਉਸ ਲੜਕੀ ਦਾ ਨਾਮ ਨਹੀਂ ਯਾਦ ਉਹ ਲੜਕੀ ਕੌਣ ਸੀ ਮੋਦੀ ਜੀ 18 ਘੰਟੇ ਕੰਮ ਕਰ ਰਹੇ ਨੇ ਤੇ ਮੈਂ ਵੀ 18 ਘੰਟੇ ਹੀ ਕੰਮ ਕਰ ਰਿਹਾ ਖਿੱਚ ਕੇ ਥੱਪੜ ਮਾਰਿਆ ਉਹ ਭ ਦੁਆਰਾ ਆਇਆ ਤੇ ਮੈਂ ਦੁਆਰਾ ਮਾਰਿਆ ਸਸਿਕਲ ਸਰ ਨੂੰ ਮੇਰਾ ਨਾਮ ਡਾਕਟਰ ਰਾਜਨਬੀ ਸਿੰਘ ਥੇਂਦਾ ਹੈ ਮੈਂ ਇੱਕ ਡੈਂਟਿਸਟ ਹਾਂ ਐਂਡ ਮੈਂ ਮੇਰਾ ਜਨਮ ਲੁਧਿਆਣੇ ਹੋਇਆ ਐਂਡ ਮੈਂ ਲੁਧਿਆਣੇ ਹੀ ਕਾਮਨ ਸਕੂਲ ਦੇ ਵਿੱਚ ਪੜਿਆ ਉਸ ਤੋਂ ਬਾਅਦ ਕਾਮਨ ਸਕੂਲ ਤੋਂ ਬਾਅਦ ਗਵਰਨਮੈਂਟ ਕਾਲਜ ਪੜਿਆ ਐਂਡ ਗਵਰਨਮੈਂਟ ਕਾਲਜ ਤੋਂ ਬਾਅਦ ਗਵਰਨਮੈਂਟ ਡੈਂਟਲ ਕਾਲਜ ਪਟਿਆਲੇ ਪੜਿਆ ਤੇ ਇਹ ਤਾਂ ਨਹੀਂ ਕਹਿ ਸਕਦਾ ਕਿ ਮੈਂ ਬਹੁਤ ਗਰੀਬ ਪਰਿਵਾਰਤ ਸੀ ਪਰ ਮੈਂ ਇੱਕ ਬਹੁਤ ਅਮੀਰ ਪਰਿਵਾਰਤ ਵੀ ਨਹੀਂ ਸੀ ਤੇ ਅਸੀਂ ਹੌਲੀ ਹੌਲੀ ਪ੍ਰਮਾਤਮਾ ਦੀ ਕਿਰਪਾ ਨਾਲ ਜਿਨੇ ਟੈਸਟ ਕਲੀਅਰ ਕੀਤੇ ਉਸ ਤੋਂ ਬਾਅਦ ਮੈਂ ਡੈਂਟਿਸਟ ਬਣ ਗਿਆ ਲੇਕਿਨ ਡੈਂਟਿਸਟ ਬਣ ਕੇ ਉਸ ਤੋਂ ਬਾਅਦ ਜਦੋਂ ਮੈਂ ਅ ਸੀਐਮਸੀ ਤੇ ਡੀਐਮਸੀ ਦੇ ਵਿੱਚ ਕੰਮ ਕੀਤਾ ਡੀਐਮਸੀ ਦੇ ਵਿੱਚ ਦੋ ਡਿਪਾਰਟਮੈਂਟ ਸਿਗੇ ਉਹਨਾਂ ਦੇ ਵਿੱਚ ਇੱਕ ਦੇ ਵਿੱਚ ਮੈਂ ਸੀ ਉੱਥੇ ਮੈਂ ਬਹੁਤ ਕੰਮ ਕੀਤਾ ਤੇ ਉਹ ਦੋ ਡਿਪਾਰਟਮੈਂਟ ਦੇ ਵਿੱਚ ਆਪਸ ਹੀ ਲੜਾਈ ਦੇ ਕਰਕੇ ਉਹਨਾਂ ਨੇ ਮੈਨੂੰ ਦੋਨਾਂ ਨੇ ਉਤੋਂ ਕਢਾਤਾ ਮੈਨੂੰ ਇੱਕ ਹੌਸਪੀਟਲ ਦੇ ਵਿੱਚ ਮੈਨੂੰ ਜੌਬ ਮਿਲ ਗਈ ਯੂਐਸਪੀਸੀ ਜੈਨ ਚੈਰੀਟੇਬਲ ਹੌਸਪੀਟਲ ਦੇ ਵਿੱਚ ਮੈਂ ਕੰਮ ਕੀਤਾ ਐਂਡ ਆਈ ਗਾਟ ਮੈਰਿਡ ਟੂ ਅ ਮਾਈ ਬਿਊਟੀਫੁਲ ਵਾਈਫ ਡਾਕਟਰ ਗ੍ਰਿੰਦਰ ਕੌਰ ਐਂਡ ਸ਼ੀ ਇਜ਼ ਆਲਸੋ ਡੈਂਟਿਸਟ ਐਂਡ 97 ਚ ਮੇਰੀ ਵੱਡੀ ਬੇਟੀ ਪੈਦਾ ਹੋਈ ਮੇਰੀ ਬੇਟੀ ਪੈਦਾ ਹੋਈ ਸੀ 11 ਸਪਟੰਬਰ 1997 ਐਂਡ 13 ਸਪਟੰਬਰ 1997 ਨੂੰ ਮੈਨੂੰ ਉਹਨਾਂ ਨੇ ਜੌਬ ਚੋਂ ਕਢਤਾ ਐਂਡ ਇਟ ਵਾਸ ਸਮਥਿੰਗ ਗ੍ਰੇਟ ਲੇਕਿਨ ਉਹ ਕਹਿੰਦੇ ਨਾ ਬੇਟਾ ਬੱਚਾ ਆਪਣੀ ਲక్ష్ਮੀ ਨਾਲ ਲੈ ਕੇ ਆਂਦਾ ਆਪਣਾ ਸਭ ਕੋ ਨਾਲ ਲੈ ਕੇ ਆਂਦਾ ਆਪਣੇ ਕਿਸ ਨਾਲ ਲੈ ਕੇ ਆਂਦਾ ਤੇ 26 ਸਤੰਬਰ 1997 ਨੂੰ ਅਸੀਂ ਆਪਣਾ ਕਲੀਨਿਕ ਫੁੱਲ ਫਲੈਟ ਖੋਲਿਆ ਪੂਰਾ ਕਲੀਨਿਕ ਖੋਲਿਆ ਐਂਡ ਸਿਰਫ 15 16 ਦਿਨਾਂ ਦੇ ਵਿੱਚ ਹੀ ਅਸੀਂ ਆਪਣਾ ਕਲੀਨਿਕ ਖੋਲ ਪਾਏ ਬਿਕੋਜ਼ ਉਹ ਕਹਿੰਦਾ ਹੈ ਕਿ ਜੇ ਤੁਸੀਂ ਮਨ ਜਿੱਤੇ ਜਗਜੀਤ ਜੇ ਤੁਸੀਂ ਆਪਣਾ ਮਨ ਜਿੱਤ ਲਿਆ ਤੇ ਤੁਸੀਂ ਸਭ ਕੁਝ ਜਿੱਤ ਸਕਦੇ ਹੋ ਐਂਡ ਉਸ ਤੋਂ ਪਹਿਲਾਂ ਮੈਂ ਇਹਦੇ ਵਿੱਚ ਹੀ ਮੈਂ ਆਪਣੇ ਇਸ ਜੀਵਨ ਕਾਲ 'ਚ ਰੋਟਰੀ ਦਾ ਰੋਟਰੀ ਕਲੱਬ ਦਾ ਮੈਂਬਰ ਹੋਇਆ ਮੈਂ ਇੱਕ ਬੜੀ ਵਧੀਆ ਗੱਲ ਦੱਸਣੀ ਚਾਹਨਾ ਕਿ ਜਦੋਂ ਮੈਂ ਰੋਟੀ ਕਲੱਬ ਦਾ ਪ੍ਰੈਜ਼ੀਡੈਂਟ ਬਣਿਆ ਤੇ ਮੇਰੇ ਪੁਰਾਣੇ ਪ੍ਰੈਜ਼ੀਡੈਂਟ ਨੇ ਮੈਨੂੰ ਦੱਸਿਆ ਕਿ ਆਪਾਂ 9 ਹਾਰਟ ਸਰਜਰੀਜ਼ ਕਰਾਉਣੀਆਂ ਨੇ ਤੇ ਆਪਣੇ ਕੋਲ 270000 ਰੁਪਏ ਆ ਤਾਂ ਤੁਸੀਂ ਲੁਧਿਆਣੇ ਜਾ ਕੇ ਪਤਾ ਕਰਕੇ ਆਓ ਕਿ ਕਿੰਨੇ ਦੀ ਹੁੰਦੀ ਹੈ ਸਰਜਰੀ ਮੈਂ ਕਿਹਾ ਠੀਕ ਹੈ ਜੀ ਅਨ ਜਦੋਂ ਪਤਾ ਕਰਨ ਗਿਆ ਉਹ ਕਹਿੰਦੇ 3 ਲੱਖ ਰੁਪਏ ਲੱਗਦੇ ਇੱਕ ਹਾਰਟ ਸਰਜਰੀ ਦੇ ਵਰਟੀਕਲ ਸੈਪਟਰਲ ਡੈਫੈਕਟ ਕਹਿੰਦੇ ਆ ਉਹਨੂੰ ਉਸ ਹਾਰਟ ਸਰਜਰੀ ਦੇ 3 ਲੱਖ ਰੁਪਏ ਲੱਗਦੇ ਨੇ ਮੈਂ ਉਹਨਾਂ ਨੂੰ ਜਾ ਕੇ ਕਿਹਾ ਜੀ ਆਪਣੇ ਕੋਲ ਤਾਂ 270000 ਰੁਪਏ ਆ ਉਹ ਚ ਵੀ 30000 ਪਾਣੇ ਪੈਣਿਆ ਤੇ ਆਪਾਂ ਕਿੱਥੋਂ ਕਰਾਵਾਂਗੇ ਉਹ ਕਹਿੰਦੇ ਨਹੀਂ ਲੱਭੋ ਕਿਦਾਂ ਹੋਏਗਾ ਪਰਮਾਤਮਾ ਦਾ ਬਹੁਤ ਵਿਸ਼ਾਲ ਹੈ ਕਦ ਉਹਦਾ ਆਕਾਰ ਨਹੀਂ ਦੇਖਿਆ ਜਾ ਸਕਦਾ ਜਦੋਂ ਮੈਂ ਲੱਭਣ ਦੀ ਕੋਸ਼ਿਸ਼ ਕੀਤੀ ਤੇ ਸਾਨੂੰ ਸੀਐਮਸੀ ਦੇ ਵਿੱਚ 크ਰਿਸਚੀਅਨ ਮੈਡੀਕਲ ਕਾਲਜ ਦੇ ਵਿੱਚ ਡਾਕਟਰ 베ਦੀ ਮਿਲੇ ਡਾਕਟਰ ਹਰਿੰਦਰ 베ਦੀ ਉਹ ਕਹਿੰਦੇ ਮੈਂ ਆਪੇ ਡੋਨੇਸ਼ਨ ਵਗੈਰਾ ਤੋਂ ਸਾਰਾ ਕੁਝ ਕਰਾ ਦੇਵਾਂਗਾ ਤੁਸੀਂ ਮੈਨੂੰ ਟੋਟਲ 50000 ਰੁਪਏ ਦੇ ਦਿਓ ਹੁਣ ਫਿਰ ਇੱਕ ਨਵੀਂ ਕੰਪਲਿਕੀਸ਼ਨ ਹੋਈ ਕਿ ਪਹਿਲਾਂ ਤਾਂ ਉਹ ਜਿਹੜੇ ਆਪਣੇ ਮਰੀਜ਼ ਕਿੱਥੋਂ ਲੱਭੀਏ ਤੇ ਦੂਸਰਾ ਅਮਰੀਦ ਇਹ ਬਾਕੀ ਦੇ ਜੇ 30000 ਤਾਂ ਅਸੀਂ ਦੇ ਰਹੇ ਹਾਂ ਕਲਾ ਬੋਲੋ ਬਾਕੀ ਦੇ 20000 ਕੌਣ ਦੇਗਾ ਲੇਕਿਨ ਉਹ ਵੀ ਪਰਮਾਤਮਾ ਨੇ ਇੰਨੀ ਵਧੀਆ ਤਰੀਕੇ ਨਾਲ ਸਾਡੀ ਹੈਲਪ ਕੀਤੀ ਕਿ ਅਸੀਂ 1 ਸਾਲ ਦੇ ਅੰਦਰ ਅੰਦਰ ਅਸੀਂ 9 ਹਾਰਟ ਸਰਜਰੀਜ਼ ਕਰਾਈਆਂ ਜਿਹੜੀਆਂ ਕਿ 3 ਲੱਖ ਦੀ ਹੁੰਦੀਆਂ ਸੀ ਲੇਕਿਨ ਅਸੀਂ ਉਹਨਾਂ ਨੂੰ 50000 ਚ ਕਰਾਇਆ ਉਹਦੇ ਵਿੱਚ ਸਾਨੂੰ ਇਧਰੋਂ ਕਿਤੋਂ ਉਧਰੋਂ ਇਧਰੋਂ ਡੋਨੇਸ਼ਨ ਮਿਲੀ ਐਂਡ ਅਸੀਂ ਉਹ 50000 ਦੇ ਵਿੱਚ ਪਰ ਹਾਰਟ ਸਰਜਰੀ ਉਹਨਾਂ ਨੂੰ ਕਰਾਇਆ ਉਸ ਤੋਂ ਬਾਅਦ ਫਿਰ ਜਦੋਂ ਅਸੀਂ ਆਪਣਾ ਕਲੀਨਿਕ ਖੋਲਿਆ ਤੇ ਕਲੀਨਿਕ ਖੋਲਣ ਤੋਂ ਬਾਅਦ ਮੇਰੇ ਕੋਲ ਇੱਕ ਲੜਕੀ ਆਈ ਇੱਕ ਬਹੁਤ ਵਧੀਆ ਇਨਸੀਡੈਂਟ ਹੈ ਮੇਰੇ ਕੋਲ ਇੱਕ ਲੜਕੀ ਆਈ ਡੈਂਟਿਸਟ ਸ਼ੀ ਵਾਸ ਮੈਰਿਡ ਤੇ ਉਹ ਕਹਿੰਦੀ ਮੈਂ ਜੌਬ ਕਰਨੀ ਹੈ ਇਹਨੂੰ ਲੜਕੀ ਚਾਹੀਦੀ ਸੀ ਜੌਬ ਅਸੇ बिकॉज ਜੇ ਆਪਾਂ ਜਦੋਂ ਕੰਮ ਵੱਧ ਹੈ ਤੇ ਉਦੋਂ ਆਪਾਂ ਐਕਸਪੈਕਟ ਕਰਦੇ ਆਂ ਕਿ ਸਾਡਾ ਕੰਮ ਜਿਹੜਾ ਹੈ ਜੂਨੀਅਰ ਡਾਕਟਰਸ ਨਾਲ ਕਰਾਨਗੇ ਮੈਂ ਉਹਨੂੰ ਕਿਹਾ ਠੀਕ ਹੈ ਠੀਕ ਹੈ ਬਟੇ ਕਰ ਲੈ ਤੇਰੇ ਕੋਲ ਐਕਸਪੀਰੀਅੰਸ ਹੈਗਾ ਉਹ ਕਹਿੰਦੀ ਐਕਸਪੀਰੀਅੰਸ ਤਾਂ ਹੈ ਨਹੀਂ ਮੈਂ ਕਿਉਂ ਕਹਿੰਦੀ ਜੀ ਮੈਂ ਜਦੋਂ ਵੀਡੀਓਜ਼ ਕੀਤੀ ਸੀ ਵੀਡੀਓਜ਼ ਕਰਨ ਤੋਂ ਬਾਅਦ ਮੇਰੀ ਮੈਰਿਜ ਹੋ ਗਈ ਸੀ ਮੈਨੂੰ ਬੜੀ ਗੱਲ ਔੜ ਲੱਗੀ ਵੀ ਹੁਣ ਮੈਂ ਇਹ ਕੀ ਕਰ ਸਕਦਾ ਮੈਂ ਲੇਕਿਨ ਸੱਚ ਮਨੋਂ ਦੋਸਤੋ ਉਹ ਲੜਕੀ ਉਸ ਦਿਨ ਚਲੀ ਗਈ ਵਾਪਸ ਤੇ ਮੈਨੂੰ ਅਜੇ ਤੱਕ ਉਸ ਲੜਕੀ ਦਾ ਨਾਮ ਨਹੀਂ ਯਾਦ ਕਿ ਉਹ ਲੜਕੀ ਕੌਣ ਸੀ ਪਰ ਉਸ ਦਿਨ ਰਾਤ ਨੂੰ ਮੈਨੂੰ ਨੀਂਦ ਨਹੀਂ ਆਈ ਤੇ ਮੈਂ ਸੋਚਿਆ ਕਿ ਆਈ ਸ਼ੁਡ ਡੂ ਸਮਥਿੰਗ ਕਿ ਜਿਹੜਾ ਇਹਨਾਂ ਬੱਚਿਆਂ ਵਾਸਤੇ ਆਪਾਂ ਕੁਝ ਐਕਸਟਰਾ ਕਰ ਸਕੀਏ ਸੋ ਅਸੀਂ ਉਹਨਾਂ ਬੱਚਿਆਂ ਵਾਸਤੇ ਆਪਣਾ ਚੈਰੀਟੇਬਲ ਹਸਪੀਟਲ ਖੋਲ੍ਹਿਆ ਮੁਸਕਰਾਹਟ ਚੈਰੀਟੇਬਲ ਡੈਂਟਿਕ ਕਲਿਨਿਕ ਉਹ ਜਿੱਥੇ ਕਿ ਅਸੀਂ ਉਹਨਾਂ ਬੱਚਿਆਂ ਨੂੰ ਅਰ ਟ੍ਰੇਨਿੰਗ ਦੇ ਰਹੀ ਸੀ ਉਹਨਾਂ ਬੱਚਿਆਂ ਨੂੰ ਕੰਮ ਸਿਖਾਣੇ ਆ ਬਿਕੋਜ਼ ਉਹਨਾਂ ਨੂੰ ਕਿਤੇ ਨਾ ਕਿਤੇ ਐਕਸਪੀਰੀਅੰਸ ਦੇਣਾ ਹੀ ਆ ਨਾ ਐਂਡ ਉੱਥੇ ਹੀ ਅਸੀਂ ਆਪਣੇ ਪੂਰ ਪੇਸ਼ੈਂਟਸ ਦਾ ਕੰਮ ਕਰਦੇ ਆ ਉਹਨਾਂ ਪੂਰ ਪੇਸ਼ੈਂਟਸ ਦਾ ਕੰਮ ਕਰਨ ਵਾਸਤੇ ਪਲੱਸ ਆਪਣੇ ਆਪਣੇ ਮੇਨ ਕਲੀਨਿਕਲਸੇ ਕੰਮ ਕਰਨ ਵਾਸਤੇ ਮੈਨੂੰ ਯਾਦ ਆ ਕਿ ਮੈਂ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਮੈਂ ਸਵੇਰੇ 4 ਵਜੇ ਉੱਠ ਕੇ ਜਾ ਕੇ ਆਪਣੇ ਘਰ ਤੋਂ 15 ਕਿਲੋਮੀਟਰ ਦੂਰ ਜਾ ਕੇ ਉੱਥੇ ਆਪਣੇ ਪੈਂਫਲੈਟਸ ਪਾਉਂਦਾ ਸੀ ਤੇ ਜਦੋਂ ਲੋਕੀ ਕਹਿੰਦੇ ਨੇ ਨਾ ਜੀ ਮੋਦੀ ਜੀ 18 ਘੰਟੇ ਕੰਮ ਕਰਦੇ ਨੇ ਤੇ ਮੈਨੂੰ ਨਹੀਂ ਲੱਗਦਾ ਕਿ ਉਹ ਬੰਦੇ ਝੂਠ ਬੋਲ ਰਹੇ ਨੇ ਕਿਉਂਕਿ મોદી ਜੀ 18 ਘੰਟੇ ਕੰਮ ਕਰ ਰਹੇ ਨੇ ਤੇ ਮੈਂ ਵੀ 18 ਘੰਟੇ ਹੀ ਕੰਮ ਕਰ ਰਿਹਾ ਸੀ ਅਸੀਂ ਇੰਨੀ ਮਿਹਨਤ ਕੀਤੀ ਹੋਈ ਹੈ ਤੇ ਮੈਨੂੰ ਲੱਗਦਾ ਹੈ ਕਿ મોદી ਜੀ ਠੀਕ ਹੀ ਕੰਮ ਕਰ ਰਹੇ ਨੇ ਤਾਂ ਹੀ ਉਹ ਇਨੀ ਉਚਾਈਆਂ ਤੇ ਨੇ ਇੱਕ ਦਿਨ ਮੇਰੇ ਕੋਲ ਇੱਕ ਲੜਕੀ ਲੇਡੀ ਆਈ ਐਂਡ ਸ਼ੀ ਵਾਸ ਪ੍ਰੈਗਨੈਂਟ ਐਂਡ ਬਿਕਾਜ਼ ਪ੍ਰੈਗਨੈਂਸੀ ਦੇ ਵਿੱਚ ਆਮ ਤੌਰ ਤੇ ਡੈਂਟਿਸਟਰੀ ਦੇ ਵਿੱਚ ਵਾਸਤੇ ਕੁਝ ਵੀ ਨਹੀਂ ਕੀਤਾ ਜਾਂਦਾ ਠੀਕ ਹੈ ਐਂਡ ਉਹ ਦੇ ਵਿਚਾਰੀ ਦੇ ਬਹੁਤ ਪੇਨ ਹੋ ਰਹੀ ਸੀ ਬਹੁਤ ਮੁਸ਼ਕਲ ਹੋ ਰਹੀ ਸੀ ਐਂਡ ਉਸ ਤੋਂ ਬਾਅਦ ਸਾਡੇ ਕੋਲ ਹੋਰ ਦੋ ਤਿੰਨ ਪੇਸ਼ੈਂਟ ਲਗਾਤਾਰ ਆਏ ਅਣ ਅਸੀਂ ਉਹਨਾਂ ਨੂੰ ਸਿਰਫ ਕਰੋਸ ਸਿੰਦੀ ਗੋਲੀ ਦੇ ਸਕਦੇ ਹਾਂ ਉਹਨਾਂ ਦੀ ਗਾਇਨੇਕੋਲੋਜਿਸਟ ਪੁੱਛੇ ਤੋਂ ਇਲਾਵਾ ਅਸੀਂ ਉਹਨਾਂ ਨੂੰ ਕੁਝ ਨਹੀਂ ਕਰ ਸਕਦੇ ਅਸੀਂ ਟੱਚ ਵੀ ਨਹੀਂ ਕਰ ਸਕਦੇ ਐਜ਼ ਅ ਡੈਂਟਿਸਟ ਨਾ ਉਹਨਾਂ ਦਾ ਐਕਸ ਰੇ ਕੀਤਾ ਜਾ ਸਕਦਾ ਨਾ ਉਹਨਾਂ ਦੀ ਆਸ਼ਰੇ ਕੀਤੀ ਜਾ ਸਕਦੀ ਹੈ ਉਹ ਸੋ ਕੰਟਰਾਇੰਡੀਕੇਟਿਡ ਹੁੰਦੀ ਹੈ ਸੋ ਅਸੀਂ ਉਹਦੇ ਵਾਸਤੇ ਮੇਰੇ ਕੋਲ ਕੀ ਸੋਲੂਸ਼ਨ ਸੀ ਮੇਰੇ ਕੋਲ ਕੋਈ ਸੋਲੂਸ਼ਨ ਨਹੀਂ ਸੀ ਲੇਕਿਨ ਜਦੋਂ ਅਸੀਂ ਦਿਮਾਗ ਲਗਾ ਕੇ ਸੋਚਿਆ ਤਾਂ ਸਾਨੂੰ ਲੱਗਿਆ ਕਿ ਅਸੀਂ ਲੋਕਾਂ ਨੂੰ ਐਜੂਕੇਟ ਕਰੀਏ ਤਾਂ ਉਹਦਾ ਅਸੀਂ ਇੱਕ ਕਨਸੈਪਟ ਬਣਾਇਆ ਬਰਾਇਡਲ ਡੈਂਟਲ ਸਟੂਡੀਓ ਤੋ ਬ੍ਰਾਈਡਲ ਡੈਂਟਲ ਸਟੂਡੀਓ ਦੇ ਵਿੱਚ ਅਸੀਂ ਕੀ ਕਰਦੇ ਹਾਂ ਅਸੀਂ ਇੱਕ ਲੜਕੀ ਨੂੰ ਡੈਂਟਲ ਰੈਡੀ ਕਰਦੇ ਹਾਂ ਮੈਰਿਜ ਹੋਣ ਵਾਸਤੇ ਕਿਉਂਕਿ ਜਦੋਂ ਪ੍ਰੈਗਨਨਸੀ ਹੁੰਦੀ ਹੈ ਉਦੋਂ ਉਹਨਾਂ ਦੇ ਸਾਰੇ ਸਿਕਿਉਰਟੀ ਲੋ ਹੋ ਜਾਂਦੀ ਹੈ ਉਹਨਾਂ ਦੇ ਦੰਦਾਂ ਦੇ ਵਿੱਚ ਜਾਂ ਕੋਈ ਹੋਰ ਬੋਡੀ 'ਚ ਕਿਤੇ ਵੀ ਕੋਈ ਪ੍ਰੋਬਲਮ ਹੁੰਦੀ ਹੈ ਤੇ ਉਹ ਸਾਰੀ ਗ로우 ਕਰਦੀ ਹੈ ਉਹ ਵੱਧ ਜਾਂਦੀ ਹੈ ਉਹਦੇ ਵਾਸਤੇ ਆਪਾਂ ਨੂੰ ਪ੍ਰੋਬਲਮ ਹੁੰਦੀ ਹੈ ਤੇ ਉਹ ਉਹਨਾਂ ਨੂੰ ਅਸੀਂ ਮੈਡੀਸਿਨ ਕੋ ਦੇ ਨਹੀਂ ਸਕਦੇ ਸੋ ਅਸੀਂ ਉਹਨਾਂ ਨੂੰ ਐਜੂਕੇਟ ਕਰਨ ਵਾਸਤੇ ਬ੍ਰਾਈਡਲ ਡੈਂਟਲ ਸਟੂਡੀਓ ਬਣਾਇਆ ਇਸ ਤੋਂ ਇਲਾਵਾ ਸਾਡੇ ਇੱਕ ਹੋਰ ਕਨਸੈਪਟ ਹੈ ਕੌਣ ਬਨੇਗਾ ਪੇਸਟ ਪਤੀ ਮੈਨੂੰ ਜਦੋਂ ਮੈਂ ਆਪਣੇ ਕਲੀਨਿਕ 'ਚ ਬੈਠਦਾ ਸੀ ਤਾਂ ਮੈਨੂੰ ਲੱਗਦਾ ਸੀ ਕਿ ਪੇਸ਼ੈਂਟ ਕਿਉਂ ਨਹੀਂ ਆ ਰਹੇ? ਜਾਂ ਪੇਸ਼ੈਂਟ ਆ ਰਹੇ ਨੇ, ਉਹਨਾਂ ਦੇ ਇੰਨੇ-ਇੰਨੇ ਮੋਟੇ ਰਿੰਗਸ ਪਾਈ ਹੋਏ ਨੇ, ਵੱਡੇ-ਵੱਡੇ ਆਕਾਰਾਂ ਦੇ ਆ ਰਹੇ ਨੇ ਤੇ ਜਦੋਂ ਉਹਨਾਂ ਨੂੰ ਕਹਿੰਦੇ ਮੈਂ ਦੰਦ ਠੀਕ ਕਰਾ ਲਓ, ਉਹ ਮੰਨਦੇ ਨਹੀਂ ਸੀ। ਕਿਉਂ ਨਹੀਂ ਮੰਨਦੇ ਭਾਈ? ਕਿਉਂਕਿ ਉਹਨਾਂ ਨੂੰ ਉਹ ਅਵੇਅਰ ਨਹੀਂ ਸੀ। ਉਹਨਾਂ ਨੂੰ ਪਤਾ ਨਹੀਂ ਸੀ ਵੀ ਕਰਨਾ ਕੀ ਹੈ, ਕਿਵੇਂ ਕਰਨਾ। ਸੋ ਅਸੀਂ ਉਹਨੂੰ ਕ੍ਰੀਏਟ ਕਰਨ ਵਾਸਤੇ ਅਸੀਂ ਕੈਂਪਸ ਲਗਾਉਣੇ ਸ਼ੁਰੂ ਕੀਤੇ। ਅਸੀਂ ਲੈਕਚਰਸ ਦੇਣੇ ਸ਼ੁਰੂ ਕੀਤੇ। ਲੇਕਿਨ ਜਦੋਂ ਅਸੀਂ ਕੈਂਪ ਲਗਾਣ ਜਾਂਦੇ ਸੀ ਤੇ ਪਿੱਛੋਂ ਸਾਡੇ ਕਲੀਨਿਕ ਤੇ ਪੇਸ਼ ਅਤੇ ਜਦੋਂ ਅਸੀਂ ਕੈਂਪ ਤੇ ਉੱਥੇ ਕੰਮ ਕਰਦੇ ਸੀ ਸਟੂਡੈਂਟਸ ਆ ਉਹ ਸਟੂਡੈਂਟਸ ਆ ਘਰੇ ਆਪਣਾ ਉਹ ਪਰਚਾ ਦਿਖਾਉਣ ਦੇ ਨੇ ਸੀ ਉਸ ਸਕੂਲ ਟੀਚਰ ਨੂੰ ਕੋਈ ਇੰਟਰਸਟ ਨਹੀਂ ਹੁੰਦਾ ਸੀ ਕਿ ਉਸ ਪਰਚੇ ਦੇ ਉੱਤੇ ਪੇਰੈਂਟਸ ਸਾਈਨ ਕਰਾਏ ਸੋ ਅਸੀਂ ਉਹਦੀ ਜਗ੍ਹਾ ਤੇ ਇੱਕ ਨਵੀਂ ਚੀਜ਼ ਇਜਾਦ ਕੀਤੀ ਉਦੋਂ ਹੀ ਕੌਣ ਬਣੇਗਾ ਕਰੋੜਪਤੀ ਸ਼ੁਰੂ ਹੋਇਆ ਸੀ ਤੇ ਅਸੀਂ ਗੇਮ ਬਣਾਈ ਉਹਨੂੰ ਕਹਿੰਦੇ ਕੌਣ ਬਣੇਗਾ ਪੇਸਟਪਤੀ ਉਹ ਕੌਣ ਬਣੇਗਾ ਪੇਸਟਪਤੀ ਕੀ ਹੈ ਕਿ 45 ਮਿੰਟ ਦੀ ਗੇਮ ਹੈ 45 ਮਿੰਟ ਦੇ ਅੰਦਰ ਅੰਦਰ ਅਸੀਂ ਉਹ ਬੱਚਿਆਂ ਨੂੰ 10-15 ਕੁਐਸਚਨ ਪੁੱਛਨੇ ਆ ਤੇ ਉਹਨਾਂ ਨਾਲ ਤਿੰਨ ਗੇਮਸ ਖੜਾਉਣੀਆਂ ਨੇ ਸਿੰਪਲ ਕੁਐਸਚਨ ਪੁੱਛਨੇ ਦੰਦ ਕੀ ਹੁੰਦੇ ਨੇ ਦੰਦ ਦੰਦਾਂ ਦੇ ਕੰਮ ਕੀ ਹੁੰਦੇ ਨੇ ਬਰਸ਼ ਕਦੋਂ ਕਰਨਾ ਕਿਵੇਂ ਕਰਨਾ ਪੇਸਟ ਕਿ ਨਹੀਂ ਲਗਾਣੇ ਐਂਡ ਖਤਮ ਐਂਡ ਸਵੇਰੇ ਅਸੀਂ ਪ੍ਰੇਅਰ ਟਾਈਮ ਤੇ ਕਰਦੇ ਆ ਪਹਿਲਾਂ ਜਦੋਂ ਅਸੀਂ ਲੈਕਚਰਸ ਦਿੰਦੇ ਸੀ ਸੈਮੀਨਾਰਸ ਕਰਦੇ ਸੀ ਸਾਨੂੰ ਪੀਪੀਟੀਜ਼ ਦਿਖਾਉਣ ਵਾਸਤੇ ਪ੍ਰੋਜੈਕਟਰਸ ਦਿਖਾਣੇ ਪੈਂਦੇ ਸੀ ਬੜੇ ਖਰਚਾ ਹੁੰਦਾ ਸੀ ਬੜੇ ਬੰਦੇ ਬੁਲਾਣੇ ਪੈਂਦੇ ਸੀ ਬੜਾ ਕੁਝ ਕਰਨਾ ਪੈਂਦਾ ਸੀ ਪਰ ਹੁਣ ਅਸੀਂ ਇਸ ਨੂੰ ਕੌਣ ਬਨੇਗਾ ਪੇਸਟ ਪਤੀਜੇ ਕਨਵਰਟ ਕਰਤਾ ਉਹਦੇ ਵਾਸਤੇ ਸਿਰਫ 2 ਤੋਂ 2500 ਰੁਪਏ ਖਰਚਾ ਹੁੰਦਾ ਪੇਸਟਾਂ ਇਸ ਲਾਵਾ ਕੋਈ ਖਰਚਾ ਨਹੀਂ ਮੈਂ ਇੱਕ ਹੋਰ ਇਨਸੀਡੈਂਟ ਦੱਸਣਾ ਜਾਵਾਂਗਾ ਕਿ ਜੇ ਤੁਸੀਂ ਬਰੇਵ ਨਹੀਂ ਹੋ ਤੇ ਆਪਣੇ ਆਪ ਨੂੰ ਬਰੇਵ ਸ਼ੋਅ ਵੀ ਨਹੀਂ ਕਰਦੇ ਤੇ ਫਿਰ ਤੁਸੀਂ ਬਹੁਤ ਡਰਪੋਕ ਰਹਿ ਜਾਂਦੇ ਹੋ ਮੇਰਾ ਇੱਕ ਇਨਸੀਡੈਂਟ ਹੈ ਕਿ ਮੈਂ ਜਦੋਂ ਬੀਡੀਐਸ سے ਸੀ ਤੇ ਮੇਰਾ ਇੱਕ دوست ਸੀ ਮੇਰਾ ਉਹ ਮੈਨੂੰ ਬਹੁਤ ਦਬਕੇ ਮਾਰਦਾ ਸੀ ਬਹੁਤ ਤੰਗ ਕਰਦਾ ਸੀ ਬਹੁਤ ਜ਼ਿਆਦਾ ਤੇ ਮੇਰੇ ਤੋਂ ਇੰਨਾ ਕੁ ਪਤਲਾ ਸੀ ਉਹ ਤੇ ਮੈਂ ਉਹ ਤੋਂ ਕਾਫੀ ਜ਼ਿਆਦਾ ਹੈਵੀ ਸੀ ਤੇ ਸਭ ਕੁਝ ਸੀਗਾ ਇੱਕ ਦਿਨ ਉਹ ਭਾਈ ਜੀ ਨੇ ਮੈਨੂੰ दारू ਪੀ ਕੇ ਮੈਨੂੰ ਗੱਲ ਕੱਢੀ ਅਤਨੀਆਂ ਉਹਨਾਂ ਵਿੱਚ ਕਿਹੜੀ ਸ਼ਕਤੀ ਆਈ ਤੇ ਮੈਂ ਉਹਦੇ ਪੂਰਾ ਖਿੱਚ ਕੇ ਥੱਪੜ ਮਾਰਿਆ ਉਹ ਭਾਜੀ ਉਹ ਪਰੇ ਜਾ ਕੇ ਡੇਗੇ ਦਵਾਰਾ ਆਏ ਤੇ ਮੈਂ ਦਵਾਰਾ ਮਾਰਿਆ ਲੇਕਿਨ ਉਸ ਤੋਂ ਬਾਅਦ ਉਸ ਬੰਦੇ ਨੇ ਮੈਨੂੰ ਕਦੀ ਗਲਤ ਨਹੀਂ ਕਿਹਾ ਜਦ ਕਿ ਮੈਨੂੰ ਆਪਣੇ ਹੀ ਡਰ ਮਾਰ ਰਹੇ ਸੀ ਕਿ ਮੈਨੂੰ ਕੁੱਟੇਗਾ ਮੈਨੂੰ ਮਾਰੇਗਾ ਇਹ ਫੌਜੀ ਦਾ ਬੇਟਾ ਹੈ ਇਹ ਹੈ ਉਹ ਹੈ ਲੇਕਿਨ ਉਸ ਦਿਨ ਮੈਨੂੰ ਸਮਝ ਆਈ ਕਿ ਜੇ ਆਪਾਂ ਆਪਣੇ ਆਪ ਨੂੰ ਵਧੀਆ ਸ਼ੋਅ ਕਰਾਂਗੇ ਆਪਾਂ ਵਧੀਆ ਕੰਮ ਕਰਾਂਗੇ ਤਾਂ ਬਹੁਤ ਵਧੀਆ ਹੋਏਗਾ ਤਾਂ ਅਸੀਂ ਆਪਣੇ ਡੈਂਟਲ ਕਲੀਨਿਕ ਦੇ ਵਿੱਚ ਲੀਡਰਸ ਕ੍ਰੀਏਟ ਕਰਦੇ ਆ ਆਪਣੇ ਕੰਮ ਦੇ ਵਿੱਚ ਲੀਡਰਸ ਕ੍ਰੀਏਟ ਕਰਦੇ ਆ बिकॉज ਲੀਡਰਸ ਕ੍ਰੀਏਟ ਕਰਨ ਦੇ ਨਾਲ ਆਪਣਾ ਬਹੁਤ ਵਧੀਆ ਕੰਮ ਹੁੰਦਾ बिकॉज ਜੇ ਤੁਸੀਂ ਲੀਡਰਸ ਕ੍ਰੀਏਟ ਕਰੋਗੇ ਤਾਂ ਤੁਸੀਂ ਆਪਣਾ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਰੱਖ ਸਕਦੇ ਹੋ ਤੁਸੀਂ ਉਹ ਤੁਹਾਡਾ ਕੰਮ ਸਾਂਭਣਗੇ ਉਹ ਕੰਮ ਤੋਂ ਹੋਕੇ ਜਾਣਗੇ ਤੇ ਹੋਰ ਵਧੀਆ ਹੋਏਗਾ ਮੈਂ ਇੱਕ ਗੱਲ ਤੇ ਹੋਰ ਦੱਸਣੀ ਚਾਹਾਂਗਾ ਕਿ ਜਦੋਂ ਅਸੀਂ ਟੈਕਨੋਲੋਜੀ ਨੂੰ ਅਡਾਪਟ ਕਰਦੇ ਆ ਤੇ ਉਦੋਂ ਬਹੁਤ ਵਧੀਆ ਹੁੰਦਾ ਜਦੋਂ ਮੈਂ 93 ਛੇ ਬੀਡੀਐਸ ਪਾਸ ਕਰਕੇ ਆਇਆ ਸੀ ਤੇ ਮੈਨੂੰ ਪਤਾ ਲੱਗਾ ਕਿ ਵੈਬਸਾਈਟ ਵੀ ਬਹੁਤ ਵਧੀਆ ਚੀਜ਼ ਹੁੰਦੀ ਹੈ ਮੈਂ ਆਪਣੀ ਵੈਬਸਾਈਟ ਬਣਾਈ www.thin.com ਇਸ ਵੈਬਸਾਈਟ ਤੋਂ ਮੈਨੂੰ ਅਗਲੇ ਹੀ ਸਾਲ ਨੈਕਸਟ ਈਅਰ ਮੇਰੇ ਕੋ ਹਾਰਵਰਡ ਸਕੂਲ ਆਫ ਡੈਂਟਲ ਮੈਡੀਸਨ ਯੂਐਸਏ ਤੋਂ ਇੱਕ ਲੜਕੀ ਆਈ ਰਿਸਰਚ ਵਾਸਤੇ ਮੈਂ ਕਦੀ ਅਮਰੀਕਾ ਨਹੀਂ ਗਿਆ ਅੱਜ ਤੱਕ ਨਹੀਂ ਗਿਆ ਲੇਕਿਨ ਉਹ ਲੜਕੀ ਸਾਡੇ ਕੋਲ ਰਿਸਰਚ ਐਸੋਸੀਏਟ ਮੈਨੂੰ ਬਣਾਇਆ ਉਹਨੇ ਮੈਨੂੰ ਫੈਕਲਟੀ ਮੈਂਬਰ ਬਣਾਇਆ ਤੇ ਟੈਕਨੋਲੋਜੀ ਦਾ ਇਨਾ ਫਾਇਦਾ ਹੁੰਦਾ ਉਸ ਤੋਂ ਬਾਅਦ ਯੂਕੇ ਤੋਂ ਆਪਣੇ ਆਸਟ੍ਰੇਲੀਆ ਤੋਂ ਪਤਾ ਨਹੀਂ ਕਿੱਥੋਂ ਕਿੱਥੋਂ ਬੱਚੇ ਆਏ ਸਾਡੇ ਕੋਲ ਟ੍ਰੇਨਿੰਗ ਲੈਣ ਵਾਸਤੇ ਤੇ ਹੁਣ ਜਿਹੜਾ ਸਾਡੇ ਕੋਲ ਆਪਣਾ ਸਕੂਲ ਹੈ ਟੀਡੀਐ ਫਿਨਿਸ਼ਿੰਗ ਸਕੂਲ ਆਫ ਡੈਂਟਿਸਟਰੀ ਉਸ ਨੂੰ ਅਸੀਂ ਹੋਰ ਉਹ ਕਰ ਲਿਆ ਉਹਦੇ ਵਿੱਚ ਪਤਾ ਨਹੀਂ ਕਿੱਥੋਂ ਕਿੱਥੋਂ ਬੱਚੇ ਆਉਂਦੇ ਨੇ ਐਂਡ ਸਾਡੇ ਏਰੀਆ ਦੇ ਪੂਰ ਪੇਸ਼ੈਂਟਾਂ ਦਾ ਸਾਰਾ ਟ੍ਰੀਟਮੈਂਟ ਅਸੀਂ ਆਲਮੋਸਟ ਫ੍ਰੀ ਕਰਦੇ ਹਾਂ ਸਿਰਫ ਇਹਸ ਕਰਕੇ ਕਿਉਂਕਿ ਸਾਨੂੰ ਇਹ ਚੀਜ਼ਾਂ ਅਸੀਂ ਉਹ ਬੱਚਿਆਂ ਤੋਂ ਆਪ ਆ ਫੰਡਸ ਥੋੜੇ ਲੈ ਕੇ ਉਹਨਾਂ ਬੰਦਿਆਂ ਦਾ ਟ੍ਰੀਟਮੈਂਟ ਫ੍ਰੀ ਕਰ ਪਾਨੇ ਆ ਇਸ ਤੋਂ ਇਲਾਵਾ ਅਸੀਂ ਆ ਰਿਕਾਰਡ ਕੀਪਿੰਗ ਟੈਕਨੋਲੋਜੀ ਦੇ ਵਿੱਚ ਜਿਹੜੀ ਰਿਕਾਰਡ ਕੀਪਿੰਗ ਹੈ ਬਿਕੋਜ਼ ਜੇ ਆਪਣਾ ਹੁਣ ਵੀ ਸਾਰੇ ਪਾਸੇ ਆਬਾ ਆਬਾ ਨਾਮ ਦੀ ਇੱਕ ਆਈਡੀ ਸ਼ੁਰੂ ਹੋ ਰਹੀ ਹੈ ਹਰ ਇੰਡੀਅਨ ਪੇਸ਼ੈਂਟ ਵਾਸਤੇ ਹਰ ਇੰਡੀਅਨ ਵਾਸਤੇ ਉਹਦੇ ਨਾਲ ਆਧਾਰ ਕਾਰਡ ਸ਼ੁਰੂ ਹੋਇਆ ਉਸ ਨਾਲ ਇਹ ਰਿਕਾਰਡ ਕੀਪਿੰਗ ਦੇ ਕੰਮ ਆਉਂਦਾ ਉਹਦੇ ਹੀ ਅਸੀਂ ਆਪਣੇ ਕਲੀਨਿਕ ਦੇ ਵਿੱਚ ਸਾਰੀ ਰਿਕਾਰਡ ਕੀਪਿੰਗ ਬੜੇ ਵਧੀਆ ਤਰੀਕੇ ਨਾਲ ਕਰਦੇ ਆ ਅਸੀਂ 10 ਸਾਲ 12 ਸਾਲ ਪੁਰਾਣੇ ਪੇਸ਼ੈਂਟ ਦੇ ਵੀ ਸਾਰੇ ਰਿਕਾਰਡ ਸਾਡੇ ਕੋਲ ਅਵੇਲੇਬਲ ਨੇ ਪਲੱਸ ਅਸੀ ਜਿਹੜੀ ਟੈਕਨੋਲੋਜੀ ਹੈ ਜਿਹਦੇ ਵਿੱਚ OPG ਹੁੰਦਾ ਜਿਸ ਚ ਪੂਰੇ ਮੂੰਹ ਦਾ ਐਕਸ-ਰੇ ਐ ਐਂਡ ਪਿਛਲੇ 12 ਸਾਲ ਤੋਂ ਸਾਡੇ ਆਪਣੇ ਕਲੀਨਿਕ ਦੇ ਵਿੱਚ ਅਸੀਂ ਉਹ ਲਗਾ ਰਹੇ ਹਾਂ ਐਂਡ ਜਿੰਨਾ ਤੁਸੀਂ ਟੈਕਨੋਲੋਜੀ ਮੈਂ ਇਸ ਮਾਧਿਅਮ ਤਹੀਂ ਇਹੀ ਦੱਸਣਾ ਚਾਹਾਂਗਾ ਜਿੰਨਾ ਉਸ ਟੈਕਨੋਲੋਜੀ ਨੂੰ ਆਪ ਤੁਸੀਂ ਯੂਜ਼ ਕਰੋਗੇ ਜਿੰਨਾ ਉਸ ਚੀਜ਼ ਨੂੰ ਵਧੀਆ ਕਰੋਗੇ ਜਿੰਨਾ ਉਸ ਪਰਮਾਤਮਾ ਦਾ ਨਾਮ ਲੈ ਕੇ ਕੰਮ ਕਰੋਗੇ ਉਨਾ ਹੀ ਵਧੀਆ ਹੋਏਗਾ ਡੈਂਟਿਸਟਰੀ ਦੇ profession ਦੇ ਵਿੱਚ ਮੇਰੀ ਵਾਈਫ ਅੱਜ ਦੀ ਰੇਟ ਦੇ ਵਿੱਚ MDS ਕਰ ਰਹੀ ਹੈ ਮੇਰੀ ਵੱਡੀ ਬੇਟੀ MDS ਕਰ ਰਹੀ ਹੈ ਡੈਂਟਿਸਟ ਹੈ ਦੋਨੋਂ ਆ ਮੇ ਬੇਟਾ ਛੋਟੀ ਬੇਟੀ ਮੇਰੀ ਇੰਟਰਨਸ਼ਿਪ ਕਰ ਰਹੀ ਹੈ ਉਹ ਵੀ ਡੈਂਟਿਸਟ ਐਂਡ ਬੇਟਾ ਵੀ ਆਪਣੀ ਡੈਂਟਿਸਟਰੀ ਦੀ ਪੜ੍ਹਾਈ ਹੁਣੇ ਉਹਨੇ ਸ਼ੁਰੂ ਕੀਤੀ ਹੈ ਫਰਸਟイヤー ਬੀ ਡੀ ਐਸ ਐ। ਤੋਂ ਮੈਂ ਬਹੁਤ ਸ਼ੁਕਰਗੁਜ਼ਾਰ ਆਂ ਪ੍ਰਮਾਤਮਾ ਨਾਲ ਜਿਨੇ ਸਾਨੂੰ ਇੰਨਾ ਕੁਝ ਦਿੱਤਾ ਐਂਡ ਇਹ ਸਾਰਾ ਕੁਝ ਉਹ 9 ਜਿਹੜੇ ਪੇਸ਼ੈਂਟਸ ਦੇ ਹਾਰਟ ਸਰਜਰੀ ਕਰਾਈ ਸੀ ਜਿਹੜਾ ਹੋਰ ਲੋਕਾਂ ਦਾ ਕੰਮ ਕੀਤਾ ਸੀ ਜਿਹੜੇ ਅਸੀਂ ਪੂਰ ਪੇਸ਼ੈਂਟ ਦਾ ਕੰਮ ਕਰ ਰਹੇ ਆਂ ਉਸੇ ਕਰਕੇ ਕਰ ਪਾ ਰਹੇ ਆਂ ਐਂਡ ਅੱਜ ਬਾਬੇ ਦੀ ਕਿਰਪਾ ਦੇ ਨਾਲ ਅਸੀਂ 20 ਡੈਂਟਲ ਚੇਅਰਸ ਓਨ ਕਰਦੇ ਆਂ ਪਲੱਸ ਸਾਡੇ ਕੋਲ ਅਪ੍ਰੋਕਸੀਮੇਟਲੀ 40 ਬੰਦੇ ਕ ਅਣ ਅਸੀਂ ਤਿੰਨ ਡੈਂਟੋਕ੍ਰਿਨਿਕਸ ਨੇ ਇਹਨਾਂ ਤਿੰਨੋਂ ਡੈਂਟੋਕ੍ਰਿਨਿਕ ਬਾਬੇ ਦੀ ਕਿਰਪਾ ਨਾਲ ਇੱਕੋ ਹੀ ਮਾਰਕੀਟ ਚ ਨੇ ਇਟਸ ਅ ਡਿਫਰੈਂਟ ਥਿੰਗ ਲੋਕੀ ਕਹਿੰਦੇ ਸਾਡਾ ਕੰਪੀਟੀਸ਼ਨ ਆ ਸਾਡਾ ਇਹ ਆ ਸਾਡਾ ਉਹ ਆ ਲੇਕਿਨ ਅਸੀਂ ਇਹ ਸੀ ਇਹਨਾਂ ਲੈਣਾ ਕਿ ਕੰਪੀਟੀਸ਼ਨ ਦੀ ਕੋਈ ਚੀਜ਼ ਨਹੀਂ ਹੁੰਦੀ ਤਿੰਨੋਂ ਕਲੀਨਿਕ ਵੱਖਰੇ ਵੱਖਰੇ ਆਡੀਅנס ਨੂੰ ਵੱਖਰੇ ਵੱਖਰੇ ਪੇਸ਼ੈਂਟਸ ਨੂੰ ਡੀਲ ਕਰ ਰਹੇ ਨੇ ਸੋ ਮੈਂ ਇਸ ਮੀਡੀਅਮ ਜੋ ਸਟਾਕ ਤੇ ਮਿਡੀਆ ਨੂੰ ਦੱਸਣਾ ਚਾਹਨਾ ਕਿ ਜੇ ਤੁਸੀਂ ਅੱਜ ਦੀ ਰੇਟ 'ਚ ਸਾਰੇ ਪੰਜਾਬ ਤੋਂ ਲੋਕੀ ਕੈਨੇਡਾ ਯੂ ਐਸ اے ਵਾਰ-ਵਾਰ-ਵਾਰ-ਵਾਰ ਜਾ ਰਹੇ ਨੇ ਬਿਕੋਜ਼ ਜੇ ਤੁਸੀਂ ਕੰਮ ਕਰੋ ਜੇ ਤੁਸੀਂ ਉੱਥੇ ਜਾ ਕੇ ਟਰੱਕ ਹੀ ਚਲਾਣੇ ਨੇ ਜੇ ਤੁਸੀਂ ਉੱਥੇ ਜਾ ਕੇ ਦੂਸਰੇ ਕੰਮ ਕਰਨੇ ਨੇ ਜਿਹੜੇ ਉਹ ਤੁਸੀਂ ਇੱਥੇ ਵੀ ਕਰ ਸਕਦੇ ਹੋ ਇੱਥੇ ਵੀ ਤੁਸੀਂ ਅੱਛੇ ਕੰਮ ਕਰ ਸਕਦੇ ਹੋ ਮੇਰੇ ਕੋਲ ਵੀ ਜਦੋਂ ਮੈਂ ਬੀ ਡੀ ਐਸ ਕੀਤੀ ਸੀ ਤੇ ਬਹੁਤ ਸਾਰੇ ਰਿਸ਼ਤੇ ਬਾਹਰ ਦੇ ਜਾਂਦੇ ਸੀ ਮੈਂ ਵੀ ਕੈਨੇਡਾ ਸ਼ਿਫਟ ਕਰ ਸਕਦਾ ਸੀ ਪਰ ਜੇ ਮੈਂ ਇੱਥੇ ਰਹਿ ਕੇ ਬੜਾ ਵਧੀਆ ਤਰੀਕੇ ਨਾਲ ਕੰਮ ਕਰ ਸਕਦਾ ਤੇ ਤੁਸੀਂ ਵੀ ਕਰ ਸਕਦੇ ਹੋ ਪਰ ਗੱਲ ਸਿਰਫ ਇਹ ਹੈ ਕਿ ਉਸ ਪਰਮਾਤਮਾ ਤੇ ਡੋਰੀ ਰੱਖਣ ਦੀ ਉਸ ਪਰਮਾਤਮਾ ਤੇ ਹੌਂਸਲਾ ਰੱਖਣ ਦੀ ਅਨ ਆਪਣੇ ਫਰਜ਼ ਪੂਰੇ ਕਰਨ ਦੀ ਤਾਂ ਜੋ ਤੁਸੀਂ ਵਧੀਆ ਗਰੋ ਕਰ ਸਕੋ ਥੈਂਕ ਯੂ ਇਸ ਵੀਡੀਓ ਬਾਰੇ ਆਪਣੀ رائے ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ